ਖੇਤਾਂ ਦੇ ਵਿੱਚ ਬਣੀ ਇਸ ਮੋਟਰ ਤੇ ਬੀਤੀ ਰਾਤ ਮੱਲਕ ਮੱਲਕ ਦੇਣੇ ਚਾਰ ਨੌਜਵਾਨ ਆ ਵੜੇ ਤੇ ਫਿਰ ਪੁੱਠੇ ਪੁੱਠੇ ਕੰਮ ਕਰਨ ਲੱਗੇ, ਜਿਸ ਦੀ ਪਿੰਡ ਵਾਲਿਆਂ ਨੂੰ ਸੂਹ ਲੱਗ ਗਈ ਤੇ ਫਿਰ ਪਿੰਡ ਵਾਲੇ ਵੀ ਡਾਂਗਾ ਸੋਟੇ ਲੈ ਕੇ ਮੌਕੇ ਤੇ ਮੋਟਰ ਤੇ ਪਹੁੰਚ ਗਏ। ਫਿਰ ਨੌਜਵਾਨਾਂ ਦੀ ਭੀੜ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਗਾਹ ਪੈ ਗਿਆ। ਉਧਰ ਇਸ ਬਾਬਤ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਅਤੇ ਮੀਡੀਆ ਵਾਲੇ ਭਾਈ ਆਪਣੇ ਕੈਮਰੇ ਲੈ ਕੇ ਮੌਕੇ ਤੇ ਮੋਟਰ ਤੇ ਪਹੁੰਚ ਗਏ। ਫਿਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਚਾਰ ਨੌਜਵਾਨ ਪਿੰਡ ਦੀ ਮੋਟਰ ਤੋਂ ਬਿਜਲੀ ਦੇ ਟਰਾਂਸਫਾਰਮ ਚੋਰੀ ਕਰਨ ਆਏ ਸੀ। ਇਹ ਮਾਮਲਾ ਜੀ ਭਿੱਖੀ ਬਲਾਕ ਦਾ ਪਿੰਡ ਅਨੂਪਗੜ੍ਹ ਅਨੂਪਗੜ੍ਹ ਹੈ, ਵੈਸੇ ਅਨੂਪਗੜ੍ਹ ਮੱਖਾ ਕਿਹਾ ਜਾਂਦਾ, ਅਸਲ ਦੇ ਵਿੱਚ ਅਨੂਪਗੜ੍ਹ ਹੈ। ਇੱਥੇ ਰਾਤ ਲਗਭਗ 2:30 ਵਜੇ ਦੇ ਲਗਭਗ ਜਿਹੜੇ ਆਮ ਜਿਹੜੇ ਚੋਰ ਹੁਣ ਜੇ ਕਹਿ ਦਈਏ ਵੀ ਟਰਾਂਸਫਾਰਮ ਖੋਲ੍ਹਦੇ ਫਿਰਦੇ ਆ, ਉਹ ਜਦੋਂ ਖੇਤਾਂ 'ਚ ਆਏ ਤਾਂ ਇਹ ਜਿਹੜੇ ਲਵੇ ਲਾਉਣੇ ਪਿੰਡ ਸੀ, ਅਨੂਪਗੜ੍ਹ ਹੋ ਗਿਆ, ਪੰਧੇਰ ਹੋ ਗਏ, ਹੋਰ ਪਿੰਡ ਹੋ ਗਏ, ਸਾਰੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਅਨਾਊਂਸਮੈਂਟਾਂ ਕੀਤੀਆਂ ਗਈਆਂ। ਜਦੋਂ ਲੋਕ ਇਕੱਠੇ ਹੋ ਗਏ ਤਾਂ ਕੁਛ ਜਿਹੜੇ ਨਾਮਲੂਮ ਵਿਅਕਤੀ ਸੀ ਕੁਛ ਭੱਜ ਗਏ, ਜਿਹੜੇ ਦੋ ਸੀ ਉਹ ਲੋਕਾਂ ਦੇ ਭੜਕੀ ਹੋਈ ਭੀੜ ਦੇ ਕਾਬੂ ਆ ਗਏ, ਅਤੇ ਉਸ ਭੜਕੀ ਹੋਈ ਭੀੜ ਨੇ ਜਦੋਂ ਉਹਨਾਂ ਨੂੰ ਫੜਨਾ ਚਾਹਿਆ ਤਾਂ ਇਹਨਾਂ ਕੋਲ ਤੇਜ਼ ਹਥਿਆਰ ਵੀ ਸੀਗੇ ਜਿਹੜੇ ਟਰਾਂਸਫਾਰਮ ਖੋਲ੍ਹਣ ਆਏ ਸੀ, ਤਾਂ ਉੱਥੋਂ ਭੜਕੀ ਹੋਈ ਭੀੜ ਨੇ ਜਦੋਂ ਕੁੱਟਮਾਰ ਕੀਤੀ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਅਣਪਛਾਤ ਹੈ ਜਿਹੜਾ, ਅਤੇ ਪੁਲਿਸ ਮੌਕੇ 'ਤੇ ਆਈ ਹੈ, ਪੁਲਿਸ ਨੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਹੈ। ਇਹਦੇ ਸੰਬੰਧ ਦੇ ਵਿੱਚ ਸਾਡੀ ਸਰਕਾਰ ਤੋਂ ਮੰਗ ਹੈ ਕਿ ਜਿਹੜੇ ਇਹੋ ਜਿਹੇ ਇੱਕ ਤਾਂ ਬਿਜਲੀ ਘੱਟ ਆਉਂਦੀ ਹੈ, ਦੂਜਾ ਇਹ ਚੋਰ ਟਰਾਂਸਫਾਰਮ ਖੋਲ੍ਹ ਕੇ ਲੈ ਜਾਂਦੇ ਆ, ਉਹ 5-7 ਦਿਨ ਟਰਾਂਸਫਾਰਮ ਬਿਜਲੀ ਮਹਿਕਮਾ ਨਹੀਂ ਦਿੰਦਾ, ਕਿਸਾਨ ਵੱਡੀ ਪੱਧਰ 'ਤੇ ਪਰੇਸ਼ਾਨ ਹੋ ਰਹੇ ਨੇ, ਇਹਨਾਂ ਚੋਰਾਂ ਨੂੰ ਨੱਥ ਪਾਈ ਆ। ਅੱਜ ਤਲਾਹ ਮਿਲੀ ਸੀਗੀ ਸਵੇਰੇ ਥਾਣੇ ਵੀ ਨੂਪਗੜ੍ਹ ਦੇ ਖੇਤਾਂ 'ਚ ਕੋਈ ਨਾਮਲੂਮ ਵਿਅਕਤੀ ਟਰਾਂਸਫਾਰਮ ਚੋਰੀ ਕਰਨ ਆਏ ਹੋਏ ਹਨ, ਅਤੇ ਬਾਕੀ ਜਿਹੜੇ 3-4 ਭੱਜ ਗਏ ਅਤੇ ਇੱਕ ਨੂੰ ਕਾਬੂ ਕਰ ਲਿਆ, ਮੌਕਾ ਪਰ ਪਹੁੰਚਿਆ ਜਾਵੇ। ਜਦ ਇੱਥੇ ਮੌਕਾ 'ਤੇ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਇਹ ਰਾਤ ਜਿਹੜੇ ਵਿਅਕਤੀ ਸੀਗੇ ਇਹ ਟਰਾਂਸਫਾਰਮ 'ਤੇ ਚੋਰੀ ਕਰਨ ਆਏ ਸੀਗੇ, ਅਤੇ ਉਹ ਪਬਲਿਕ ਭੜਕ ਗਈ, ਇਹਨਾਂ ਨੇ ਅੱਗੋਂ ਉਹਨਾਂ ਨੂੰ ਜਿਹੜੇ ਹੈਗੇ ਕੁੱਟਮਾਰ ਕਰਨ ਦੀ ਪਬਲਿਕ ਨੂੰ ਕੋਸ਼ਿਸ਼ ਕੀਤੀ ਸੀਗੀ, ਜਿਸ 'ਤੇ ਜਿਹੜਾ ਹੈਗਾ ਇਹਦੀ ਪਬਲਿਕ ਨੇ ਭੜਕੀ ਭੀੜ ਨੇ ਜਿਹੜੇ ਹੈਗੇ ਕੁੱਟਮਾਰ ਕੀਤੀ ਸੀ, ਜਿਸ ਕਰਕੇ ਇਹਦੀ ਜਿਹੜੀ ਹੈਗੀ ਮੌਤ ਹੋ ਗਈ। ਇਸ ਸੰਬੰਧੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਪਰ ਮ੍ਰਿਤਕ ਦੀ ਹਾਲੇ ਤੱਕ ਕੋਈ ਵੀ ਪਛਾਣ ਸਾਹਮਣੇ ਨਹੀਂ ਆਈ, ਉਹ ਕੌਣ ਹੈ ਤੇ ਕਿਹੜੇ ਪਿੰਡੋਂ ਆਇਆ ਇਹ ਜਾਂਚ ਦਾ ਵਿਸ਼ਾ ਹੈ। ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਚੋਰਾਂ 'ਤੇ ਨਕੇਲ ਕਸੀ ਜਾਵੇ, ਕਿਉਂਕਿ ਆਏ ਦਿਨ ਚੋਰ ਮੋਟਰਾਂ ਤੋਂ ਬਿਜਲੀ ਵਾਲੇ ਟਰਾਂਸਫਾਰਮ ਚੋਰੀ ਕਰ ਲੈਂਦੇ ਨੇ, ਜਿਸ ਦੇ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।